ਮਾਜੇ ਵੇਲੇ ਲੱਗ ਜਾਂਦੀ ਹੈ ਕਿਤੇ ਇੱਧਰ ਉੱਧਰ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਕਿਤੇ ਬਾਅਦ 'ਚ ਹੀ ਪਤਾ ਲੱਗੂਗਾ ਹੁਣ ਇਹ ਰਿਤੇਸ਼ ਰੋਜਨ ਦੇ ਨਾਮ ਦੇ ਅੱਗ ਦਾ ਕਾਰਨ ਹਾਲੀ ਨੂੰ ਪਤਾ ਲੱਗੂਗਾ ਜੀ ਜਦੋਂ ਸੰਭਲਾਂਗੇ ਤਾਂ ਉਹ ਪੁੱਛਾਂਗੇ ਵਿਚਾਰੇ ਨੂੰ ਫਾਇਰ ਬ੍ਰਿਗੇਡ ਆ ਗਈ ਆ ਉਹ 10-15 ਮਿੰਟ 'ਚ ਹਾਂਜੀ ਹਾਂ ਕਾਬੂ ਆ ਹੁਣ ਕਾਬੂ ਆ ਮਾਜੇ ਵੇਲੇ ਲੱਗ ਜਾਂਦੀ ਹੈ ਕਿਤੇ ਇੱਧਰ ਉੱਧਰ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਕਿਤੇ ਬਾਅਦ 'ਚ ਹੀ ਪਤਾ ਲੱਗੂਗਾ ਹੁਣ ਇਹ ਰਿਤੇਸ਼ ਰੋਜਨ ਦੇ ਨਾਂ ਤੇ ਮਾਲਕ ਇਹਨਾਂ ਦੇ ਹੈਗੇ ਮੁੰਡਾ ਰਿਤੇਸ਼ ਸੂ ਦੀ ਆ ਅੱਗ ਦਾ ਕਾਰਨ ਹਾਲੀ ਨੂੰ ਪਤਾ ਲੱਗੂਗਾ ਜੀ ਜਦੋਂ ਸੰਭਲਾਂਗੇ ਤਾਂ ਉਹ ਪੁੱਛਾਂਗੇ ਵਿਚਾਰੇ ਨੂੰ ਫਾਇਰ ਬ੍ਰਿਗੇਡ ਆ ਗਈ ਆ ਉਹ 10-15 ਮਿੰਟ 'ਚ ਹਾਂਜੀ ਹਾਂ ਕਾਬੂ ਆ ਹੁਣ ਕਾਬੂ ਆ ਕੋਈ ਇੱਦਾਂ ਦੀ ਗੱਲ ਨਹੀਂ ਬਚਾਅ ਹੋ ਗਿਆ ਔਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲਕ ਨੂੰ ਥੋੜ੍ਹਾ ਜਿਹਾ ਸੇਕ ਲੱਗਾ ਵਿਚਾਰੇ ਨੂੰ ਉਹ ਹੁਣ ਇਹ ਤਾਂ ਉਹ ਮਾਲਕ ਹੀ ਦੱਸ ਸਕਦਾ ਜੀ ਇਹ ਰਿਤੇਸ਼ ਰੋਜਨ ਦੇ ਨਾਂ ਤੇ ਆ ਜੀ ਹਾਂਜੀ ਹਾਂਜੀ ਇਹ ਗੱਡੀ ਦੇ ਵਿੱਚ ਪਹੁੰਚਿਆ ਅਤੇ ਇਸ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਜੀ ਦਾ ਫੋਨ ਮੈਨੂੰ ਵੀ ਆ ਗਿਆ ਅਤੇ ਅੱਗ ਲੱਗੀ ਹੈ ਮੈਂ ਕਿਹਾ ਸਰ ਲੱਗੀ ਹੈ ਫਸਟ ਟਰਨਆਊਟ ਹੋ ਗਿਆ ਸੈਕਿੰਡ ਟਰਨਆਊਟ ਮੈਂ ਖੁਦ ਆਪਣੀ ਕਮਾਂਡ ਦੇ ਹੇਠ ਕਰਵਾਈ ਹੈ ਅਤੇ ਆਪਾਂ ਤਿੰਨ ਗੱਡੀਆਂ ਵੱਡੀਆਂ ਇੱਕ ਛੋਟੀ ਗੱਡੀ ਲੈ ਕੇ ਆ ਕੇ ਅਤੇ ਵਿਦਿਨ ਮਤਲਬ ਕੁਛ ਟਾਈਮ ਦੇ ਅੰਦਰ ਅੰਦਰ ਹੀ ਕਾਫੀ ਮੁਸ਼ਕਲਾਂ ਤੁਹਾਡੇ ਸਾਹਮਣੇ ਆ ਜੋ ਆਪਾਂ ਫੋਮ ਕੈਮੀਕਲ ਜਿਹੜਾ ਫੋਮ ਯੂਜ਼ ਕਰਕੇ ਅਤੇ ਅੱਗ 'ਤੇ ਕੰਟਰੋਲ ਕਰ ਲਿਆ ਗਿਆ ਦੇਖੋ ਕਾਰਨਾਂ ਦਾ ਹਜੇ ਤੱਕ ਤਾਂ ਕੁਛ ਵੀ ਨਹੀਂ ਹਜੇ ਤਾਂ ਅਸੀਂ ਵਰਕ ਕਰ ਰਹੇ ਹੈਗੇ ਅਤੇ ਕਿਸ ਤਰ੍ਹਾਂ ਲੱਗੇ ਆ ਭੱਠੀ ਇਹਨਾਂ ਦੀ ਚੱਲਦੀ ਹੁੰਦੀ ਆ ਸ਼ੋਰਟ ਸਰਕਟ ਵੀ ਹੋ ਸਕਦਾ ਕੀ ਕਾਰਨ ਹੈ ਇਹ ਤਾਂ ਇਹ ਦੱਸ ਸਕਦੇ ਜਾਂ ਬਾਅਦ 'ਚ ਦੇਖਣ ਤੋਂ ਬਾਅਦ 'ਚ ਪਤਾ ਲੱਗੇਗਾ ਧੋਖਾ ਨਹੀਂ ਪੱਕਾ ਵਾਅਦਾ ਪਹਿਲਾਂ ਕੋਈ ਫੀਸ ਨਹੀਂ ਦੁਖੀ ਭੈਣ ਭਰਾਵਾਂ ਦੇ ਹਮਦਰਦ ਸਵਾਮੀ ਵੀਰੇਨ ਜੀ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲਾਟਰੀ ਤੋਂ ਧਨ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਪਿਆਰ 'ਚ ਧੋਖਾ ਖੋਇਆ ਪਿਆਰ ਵਾਪਸ ਪਾਉਣਾ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਇਮੀਗ੍ਰੇਸ਼ਨ ਮਸਲੇ ਗੁਪਤ ਵਸ਼ੀਕਰਨ ਕਰਾਓ ਮਨ ਚਾਹਾ ਪਿਆਰ ਆਪਣੇ ਬਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98153 90965